ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਹਮਲੇ ਦੀ ਤਿਆਰੀ ਕੀਤੀ ਜਾ ਰਹੀ ਹੈ ਸਾਜ਼ਿਸ਼ ਰਚੀ ਜਾ ਰਹੀ ਹੈ ਤਦਅਦੀਏ ਕਿ ਕੇਂਦਰ ਦੀ ਖੂਫੀ ਏਜੰਸੀ ਦੇ ਵੱਲੋਂ ਇਹ ਗੱਲ ਸਾਹਮਣੇ ਰੱਖੀ ਗਈ ਹੈ ਰੈਲੀ ਦੌਰਾਨ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪੀਐਮ ਨਰਿੰਦਰ ਮੋਦੀ ਨੂੰ ਤਦਅਦੀਏ ਕਿ ਇਸ ਵળે ਦੀ खतरा खद्चा जताया जा रहा है कि रैली दौरान या फिर रोड शो के दौरान मौत उतारिया जा सकता सरमेशन खुफिया एजेंसी के वालों सी की गई है केंद्र एजेंसियों के वालों ਹਾਈ ਅਲਰਟ ਵੀ ਜਾਰੀ ਕੀਤਾ ਗਿਆ ਹਾਲਾਂਕਿ ਜੇਕਰ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਪੀਐਮ ਨਰਿੰਦਰ ਮੋਦੀ ਦੀ ਤਾਂ ਪੰਜ ਵੱਖ-ਵੱਖ ਤਰੀਕੇ ਦੀਆਂ ਸਿਕਿਉਰਟੀਆਂ ਤੈਨਾਤ ਰਹਿੰਦੀਆਂ ਨੇ ਪੁਲਿਸ ਵਰਦੀ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਸੁਸਾਇਸਾਈਡ ਅਟੈਕ ਜਿਹੜਾ ਪੀਐਮ ਨਰਿੰਦਰ ਮੋਦੀ ਦੇ ਉੱਤੇ ਕੀਤਾ ਜਾ ਸਕਦਾ ਹੈ ਜਿਸ ਦੇ ਚੱਲਦੇ ਆ ਹੁਣ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਪਾਕਿਸਤਾਨੀ ਏਜੰਸੀ ਆਈਐਸਆਈ ਦੇ ਟਾਰਗੇਟ ਬਣ ਚੁੱਕੇ ਨੇ ਪੀਐਮ ਨਰਿੰਦਰ ਮੋਦੀ ਤੇ ਇਸ ਵੇਲੇ ਦੀ ਅਪਡੇਟ ਦੇ ਮੁਤਾਬਿਕ ਕਿ ਇਹ ਮੋਦੀ ਦੇ ਉੱਤੇ ਅਟੈਕ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਤੇ ਖੂਫੇ ਏਜੰਸੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਅਲਰਟ ਜਾਰੀ ਕੀਤੇ ਗਏ ਨੇ ਤੇ ਕਿਸੇ ਵੀ ਵਕਤ ਜਿਹੜਾ ਮੋਦੀ ਘਾਟ ਪੀਐਮ ਨਰਿੰਦਰ ਮੋਦੀ ਨੂੰ ਉਤਾਰਿਆ ਜਾ ਸਕਦਾ ਸੀ ਹਾਲਾਂਕਿ ਸਾਜ਼ਿਸ਼ ਜਿਹੜੀ ਇਹ ਰਚੀ ਜਾ ਰਹੀ ਸੀ ਤੇ ਇਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਸੁਸਾਇਸਾਈਡ ਅਟੈਕ ਕੀਤਾ ਜਾਵੇਗਾ ਜੋ ਆਈਐਸਆਈ ਪਾਕਿਸਤਾਨ ਦੀ ਏਜੰਸੀ ਆਈਐਸਆਈ ਨੇ ਉਹਨਾਂ ਦਾ ਟਾਰਗੇਟ ਪੀਐਮ ਨਰਿੰਦਰ ਮੋਦੀ ਨੇ ਤੇ ਪੁਲਿਸ ਵਰਦੀ ਦੇ ਵਿੱਚ ਅਟੈਕ ਕੀਤਾ ਜਾ ਸਕਦਾ ਸੀ ਤਾਂ ਜੋ ਸਿਕਿਉਰਟੀ ਦੇ ਵਿੱਚ ਜੋ ਲੋਕ ਪੀ ਨਰਿੰਦਰ ਮੋਦੀ ਦੇ ਤਨਾਤ ਨੇ ਉਹਨਾਂ ਦੇ ਨਾਲ ਸਿੱਧੇ ਸੰਪਰਕ ਪਾਕਿਸਤਾਨੀ ਏਜੰਸੀ ਆਈਐਸਏ ਦੇ ਨੇ ਤੇ ਉਹਨਾਂ ਦੇ ਟਾਰਗੇਟ ਤੇ ਇਸ ਵਕਤ ਪੀਐਮ ਨਰਿੰਦਰ ਮੋਦੀ ਚੱਲ ਰਹੇ ਨੇ ਹਾਲਾਂਕਿ ਉਸ ਤੋਂ ਪਹਿਲਾਂ ਹੀ ਜਦੋਂ ਹੀ ਇਨਫੋਰਮੇਸ਼ਨ ਪਹੁੰਚਦੀ ਹੈ ਉਸ ਤੋਂ ਪਹਿਲਾਂ ਹੀ ਹਾਈ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਕਿਉਂਕਿ ਅਗਲੇ ਬਹੁਤ ਸਾਰੇ ਕੁਝ ਦਿਨ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਪੀਐਮ ਨਰਿੰਦਰ ਮੋਦੀ ਦੀਆਂ ਰੈਲੀਆਂ ਤੇ ਰੋਡ ਸ਼ੋ ਜਿਹੜੇ ਨੇ ਹੋਣੇ ਸੀ ਪਰ ਉਸ ਤੋਂ ਪਹਿਲਾਂ ਇਹ ਵੱਡੀ ਖਬਰ ਸਾਹਮਣੇ ਆਂਦੀ ਹੈ ਕਿ ਪੀਐਮ ਨਰਿੰਦਰ ਮੋਦੀ ਦੀ ਜਾਨ ਨੂੰ ਖਤਰਾ ਹੈ ਉਹਨਾਂ ਤੇ ਹਮਲਾ ਹੋ ਸਕਦਾ ਤੇ ਹਮਲੇ ਦੀ ਸਾਜ਼ਿਸ਼ ਜਿਹੜੀ ਹੈ ਉਹ ਪਾਕਿਸਤਾਨ ਦੇ ਵਿੱਚ ਬੈਠ ਕੇ ਰਚੀ ਜਾ ਰਹੀ ਹੈ ਤਾਂ ਕੈਂਸਰ ਏਜੰਸੀਆਂ ਦੇ ਵੱਲੋਂ ਇਸੇ ਗੱਲ ਦੇ ਉੱਤੇ ਅਲਰਟ ਜਾਰੀ ਕੀਤਾ ਗਿਆ ਹੈ ਲਸ਼ਕਰ ਦੇ ਵੱਲੋਂ ਜਿਹੜਾ ਆਤਕਵਾਦੀਆਂ ਦੇ ਵੱਲੋਂ ਇਹ ਸਾਜ਼ਿਸ਼ ਰਚੀ ਜਾ ਰਹੀ ਸੀ ਤੇ ਪੂਰੀ ਪਲਾਨਿੰਗ ਕੀਤੀ ਜਾ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਪੀਐਮ ਨਰਿੰਦਰ ਮੋਦੀ ਨੂੰ ਨੁਕਸਾਨ ਪਹੁੰਚਾਇਆ ਜਾਏਗਾ ਤਾਂ ਪੁਲਿਸ ਵਰਦੀ ਦੇ ਵਿੱਚ ਅਟੈਕ ਕਰਨਾ ਸੀ ਸੁਸਾਈਡ ਅਟੈਕ ਕਰਨਾ ਸੀ ਦੱਸਦੇ ਕਿ ਜੇਕਰ ਮੌਜੂਦਾ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਤਾਂ ਪੰਜ ਵੱਖ-ਵੱਖ ਪ੍ਰਕਾਰ ਦੀ ਸਿਕਿਉਰਿਟੀ ਪੀਐਮ ਨਰਿੰਦਰ ਮੋਦੀ ਦੇ ਆਸ-ਪਾਸ ਤੈਨਾਤ ਰਹਿੰਦੇ ਨੇ ਤਾਂ ਉਹਨਾਂ ਨੂੰ ਵੀ ਚੀਟਦੇ ਹੋਏ ਸਾਜ਼ਿਸ਼ ਜਿਹੜੀ ਹੈ ਰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜੋ ਖੁਫੀਆ ਏਜੰਸੀਆਂ ਦੇ ਵੱਲੋਂ ਪਬਲਿਕ ਸਾਹਮਣੇ ਆਰਿਆ ਨੇ ਉਸ ਦੇ ਮੁਤਾਬਕ ਪੀਐਮ ਨਰਿੰਦਰ ਮੋਦੀ ਦੇ ਉੱਤੇ ਹਮਲਾ ਹੋ ਸਕਦਾ ਸੀ ਕਿਸੇ ਵੀ ਰੋਡ ਸ਼ੋਅ ਦੇ ਦੌਰਾਨ ਹਮਲਾ ਹੋ ਸਕਦਾ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਹਾਲਾਂਕਿ ਬਹੁਤ ਸਾਰੀ ਸਿਕਿਉਰਟੀਆਂ ਸਿਕਿਉਰਟੀ ਦਾ ਪ੍ਰਬੰਧ ਜਿਹੜਾ ਹੈ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਕੋਈ ਵੀ ਰੋਡ ਸ਼ੋਅ ਜਾਂ ਫਿਰ ਰੈਲੀ ਹੋਣੀ ਹੋਵੇ ਬਾਰੇ ਜੋ ਖਬਰ ਆ ਰਹੀ ਹੈ ਨੇ ਉਸ ਦੇ ਮੁਤਾਬਿਕ ਇਹਨਾਂ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਇੱਕ ਅਜਿਹਾ ਪਲਾਨ ਬਣਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਪੀਐਮ ਮੋਦੀ ਦੇ ਉੱਤੇ ਆਤਮਗਾਤੀ ਹਮਲਾ ਜਿਹੜਾ ਉਹ ਕੀਤਾ ਜਾਣਾ ਸੀ ਤਾਂ ਇਸ ਦੇ ਵਿੱਚ ਪੁਲਿਸ ਨੂੰ ਵੀ ਇਨਵੋਲਵ ਕੀਤਾ ਜਾਣਾ ਸੀ ਤੇ ਪੁਲਿਸ ਵਰਦੀ ਦੇ ਵਿੱਚ ਇੱਕ ਸੁਸਾਈਡ ਅਟੈਕ ਜਿਹੜਾ ਹੈ ਪੀਐਮ ਨਰਿੰਦਰ ਮੋਦੀ ਦੇ ਉੱਤੇ ਕੀਤਾ ਜਾਣਾ ਸੀ ਤੇ ਪੂਰੀ ਸਾਜ਼ਿਸ਼ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਲਸ਼ਕਰ ਦੇ ਆਤਿਕਵਾਦੀਆਂ ਦੇ ਵੱਲੋਂ ਰਚੀ ਜਾ ਰਹੀ ਸੀ ਜਿੰਨਾ ਦਾ ਸਿੱਧਾ ਸੰਬੰਧ ਸਿਕਿਉਰਟੀ ਦੇ ਨਾਲ ਵੀ ਸੀ ਤਾਂ ਪੀਐਮ ਨਰਿੰਦਰ ਮੋਦੀ ਦੀ ਸਿਕਿਉਰਟੀ ਦੇ ਨਾਲ ਵੀ ਉਹਨਾਂ ਦੇ ਸੰਬੰਧ ਸੀ ਤੇ ਉਹਨਾਂ ਦੇ ਵੱਲੋਂ ਹੀ ਇਹ ਸਾਜ ਰਚੀ ਜਾ ਰਹੀ ਸੀ